ਲੋਕਾਂ ਦੀ ਪਾਰਟੀ ਆਮ ਲੋਕਾਂ ਨੂੰ ਸਹੂਲਤ ਦੇ ਰਹੀ ਹੈ ਕਿ ਕੋਈ ਵੀ ਅਫਸਰ ਧੱਕਾਸ਼ਾਹੀ ਕਰਦਾ ਹੈ ਕੋਈ ਬਦਲੇ ਦੀ ਭਾਵਨਾ ਰੱਖਦਾ ਹੈ ਉਹਦੀ ਤੇ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ ਮੈਂ ਅੱਜ ਹੀ ਤੁਸੀਂ ਇੱਕ ਸਾਨੂੰ ਰਿਟਨ ਚ ਕੰਪਲੇਂਟ ਦਿਓ ਅੱਜ ਹੀ ਤੁਰੰਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਡਮ ਇਹ ਬੰਦੇ ਸਾਨੂੰ ਨਹੀਂ ਸੁਣਨ ਚਲਾਏਗੇ ਜਦ ਤੱਕ ਐਕਸ਼ਨ ਨਹੀਂ ਹੁੰਦਾ ਇਹ ਕਹੀ ਜਾ ਰਹੀ ਸੀ ਕਿ ਵੀ ਤੁਹਾਡੀ ਵੀ ਸੁਣਵਾਈ ਨਹੀਂ ਕੀਤੀ ਤੁਸੀਂ ਫੋਨ ਕੀਤਾ ਰਹੋ ਤੁਹਾਡੀ ਵੀ ਸੁਣਵਾਈ ਨਹੀਂ ਨਹੀਂ ਮੇਰੀ ਗੱਲ ਨਹੀਂ ਮੇਰੇ ਨਾਲ ਤੇ ਬਾਕੀ ਹੋਰ ਸਾਡੇ ਪ੍ਰਤੀਨਿਧੀ ਵੀ ਹੈ ਤੇ ਮੰਤਰੀ ਜੀ ਨੂੰ ਇਹਦੀ ਆਲਰੇਡੀ ਅਸੀਂ ਭੇਜ ਚੁੱਕੇ ਆ ਮਾਨ ਸਾਹਿਬ ਨੂੰ ਵੀ ਭੇਜ ਚੁੱਕੇ ਆ ਇਹਨਾਂ ਦੀ ਕੰਪਲੇਂਟ ਔਰ ਬਹੁਤ ਜਲਦੀ ਇਹਨਾਂ ਤੇ ਐਕਸ਼ਨ ਹੋਊਗਾ ਜੋ ਧੱਕਾ ਕਰਦਾ ਹੈ ਉਹ ਕੋਈ ਬਰਦਾਸ਼ਤ ਨਹੀਂ ਕੀਤਾ ਜਾਊ ਕਿਉਂਕਿ ਹੁਣ ਆਮ ਲੋਕਾਂ ਦੀ ਸਰਕਾਰ ਹੈ ਧੱਕੇ ਵਾਲੀਆਂ ਸਰਕਾਰਾਂ ਤਾਂ ਅਸੀਂ ਪਹਿਲਾਂ ਭਜਾਈਆਂ ਹੁਣ ਆਮ ਲੋਕਾਂ ਦੀ ਸੁਣਵਾਈ ਵਾਲੀ ਸਰਕਾਰ ਹੈ ਮੈਨੂੰ ਪਤਾ ਲੱਗਿਆ ਜਿਹੜੇ ਇਹਨਾਂ ਦੇ ਕਨੈਕਸ਼ਨ ਕੱਟੇ ਹੈ ਮੰਤਰੀ ਜੀ ਨਾਲ ਵੀ ਮੇਰੀ ਹੁਣੇ ਗੱਲ ਮੈਂ ਕਰਕੇ ਆਈ ਹਾਂ ਉਹਨਾਂ ਨੇ ਇਹ ਦਿੱਤਾ ਸੀ ਵੀ 15 ਦਿਨਾਂ ਦੇ ਵਿੱਚ ਵਿੱਚ ਇੱਕ ਉਹ ਲਿਸਟ ਤਿਆਰ ਕਰੋ ਵੀ ਜਿਨ੍ਹਾਂ ਦੇ ਬਿੱਲ ਨਹੀਂ ਭਰੇ ਕਿਉਂਕਿ ਇਕੱਲੇ ਰਾਜਪੁਰਾ ਵਿੱਚ 36 ਕਰੋੜ ਦੀ ਅਮਾਉਂਟ ਖੜੀ ਹੈ ਜਿਹੜੇ ਬਿਜਲੀ ਦੇ ਬਿੱਲ ਪੈਂਡਿੰਗ ਹੈ ਤਾਂ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਵੀ ਟਾਈਮ ਦਿਓ ਪਰ ਮੈਨੂੰ ਇਹ ਵੀ ਪਤਾ ਚੱਲਿਆ ਕਿ ਉਹਨਾਂ ਨੇ ਕੋਈ ਟਾਈਮ ਨਹੀਂ ਦਿੱਤਾ ਨਾਲ ਦੀ ਨਾਲ ਕਨੈਕਸ਼ਨ ਜੋੜੇ ਹੈ ਕੱਟੇ ਹੈ ਉਹਨਾਂ ਨੂੰ ਹੁਣੇ ਆਰਡਰ ਹੋ ਰਿਹਾ ਕਿ ਕਨੈਕਸ਼ਨ ਜੋੜੇ ਜਾਣ ਤੇ ਮੈਂ ਆਪਣੇ ਇੰਡਸਟਰੀਜ਼ ਭਰਾਵਾਂ ਨੂੰ ਵੀ ਇਹੀ ਬੇਨਤੀ ਕਰੂੰਗੀ ਕਿ ਪਲੀਜ਼ ਇੱਕ ਹਫਤੇ ਦੇ ਵਿੱਚ ਆਪਣਾ ਥੋੜਾ ਥੋੜਾ ਕਰਕੇ ਬਿੱਲ ਭਰ ਦਿਓ ਤੁਹਾਨੂੰ ਰਿਸਪੈਕਟ ਦਿਲਾਣਾ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਨਾਲ ਜਿਹਨੇ ਧੱਕਾ ਕੀਤਾ ਉਹ ਤੇ ਐਕਸ਼ਨ ਜ਼ਰੂਰ ਸੋ ਮੈਡਮ ਇਸ ਤੋਂ ਪਹਿਲਾਂ ਵੀ ਗਗਨ ਚੌਂਕ ਤੇ ਕਈ ਹੋਟਲ ਸਨ ਉਹਨਾਂ ਦੇ ਬਿੱਲ ਪੈਂਡਿੰਗ ਪਏ ਸਨ ਜਿਨ੍ਹਾਂ ਨੇ ਉਹਨਾਂ ਨੇ ਬਿੱਲ ਭਰਾਉਣ ਤੋਂ ਬਾਅਦ ਵੀ ਇਹਨਾਂ ਦੇ ਕਨੈਕਸ਼ਨ ਨਹੀਂ ਕੀਤੇ ਗਏ ਉਹ ਇਹ ਗੱਲੇ ਇੰਡਸਟਰੀ ਨੇ ਹੋਟਲ ਮਾਲਕ ਵੀ ਕਈ ਦੇ ਵਿੱਚ ਪ੍ਰੋਬਲਮ ਦੇ ਵਿੱਚ ਨੇ ਵੀ ਇਸ ਜਿਹੜਾ ਸਰੇਆਮ ਜਿਹੜਾ ਐਕਸ਼ਨ ਵੱਲੋਂ ਧੱਕਾ ਕੀਤਾ ਜਾ ਰਿਹਾ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਮੇਰੇ ਕੋਲੇ ਦੇਖੋ ਅੱਜ ਸਾਡੇ ਇਹ ਭਰਾ ਆਏ ਨੇ ਇਹਨਾਂ ਦੀ ਮੈਨੂੰ ਪ੍ਰੋਬਲਮ ਦਾ ਪਤਾ ਲੱਗੇ ਜੇ ਕਿਸੇ ਹੋਟਲ ਮਾਲਕਾਂ ਨਾਲ ਵੀ ਇਹ ਕੀਤਾ ਤਾਂ ਇਹਨਾਂ ਦੇ ਵਿਰੁੱਧ ਕਾਰਵਾਈ ਜ਼ਰੂਰ ਹੋਊਗੀ ਜਿਸਨੇ ਧੱਕਾ ਕੀਤਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੀ ਹੈ ਆਮ ਆਦਮੀ ਪਾਰਟੀ 'ਚ ਧੱਕਾ ਕਰਨ ਵਾਲੇ ਬਦਲਾਖੋਰੀ ਦੀ ਭਾਵਨਾ ਰੱਖਣ ਵਾਲੇ ਦੀ ਕੋਈ ਵੀ ਜਗ੍ਹਾ ਨਹੀਂ ਹੈ ਆਮ ਆਦਮੀ ਦੀ ਸਰਕਾਰ 'ਚ ਸੋ ਖੁਸ਼ ਹੋ ਜੀ ਮੈਡਮ ਅੱਜ ਹੱਕ 'ਚ ਪਹੁੰਚੇ ਮੈਡਮ ਖੁਸ਼ਾ ਦਾਵਾਂਗੇ ਜਦੋਂ ਅਸੀਂ ਪ੍ਰੋਪਰ ਐਕਸ਼ਨ ਹੋਏਗਾ ਮੈਮ ਔਨ ਦੀ ਸਪੌਟ ਕਿੰਨੇ ਪੈਸੇ ਜਮ੍ਹਾਂ ਕਰ ਰਹੇ ਔਨ ਦੀ ਸਪੌਟ ਪਹਿਲੇ ਸ਼ੋਰਟ ਤੁਸੀਂ ਜਦੋਂ ਮਰਜ਼ੀ ਪੈਸਾ ਰੇਂਜ ਕਿੰਨਾ ਪੈਸਾ ਜਮ੍ਹਾਂ ਕਰਨ ਗਿਆ ਪਿੱਛੇ ਕਨੈਕਸ਼ਨ ਕਰ ਸ਼ੋਰਟ ਤਾਂ ਲੈ ਲਈ ਤੇ ਵਿਦਿਨ ਹਾਫ ਆਨ ਅਵਰ ਮੈਨੂੰ ਠੀਕ ਕਨੈਕਸ਼ਨ ਕਰ ਇਹ ਮੈਡਮ ਨੂੰ ਦੇ ਦਿਓ ਨਾ ਕਿ ਮੰਗ ਪੱਤਰ ਸ਼ੋਰਟ ਜਦੋਂ ਇਹਨਾਂ ਨੂੰ ਆਪਣੀ ਗਲਤੀ ਰਿਅਲਾਈਜ਼ ਹੋ ਗਈ ਕਿ ਅਸੀਂ ਗਲਤੀ ਕਰਤੀ ਸਾਡੇ ਐਕਸ਼ਨ ਆਏਗਾ ਇਹਨਾਂ ਨੇ ਬੈਕ ਗੇਟ ਨੋਟਿਸ ਕਰ ਆ ਸਾਰੇ ਇਕੱਠੇ ਹੋ ਜਾਓ ਜੀ ਫਲੈਟ ਦਿੰਦੇ ਹੋਏ ਪ੍ਰਧਾਨ ਜੀ ਨੋਟਿਸ ਲੈਣੇ ਨਹੀਂ ਸੀ ਮੈਮ ਅਸੀਂ ਸਾਡੇ ਕੋਲ ਆਈ ਆਪਣੇ ਆਪ ਗਿਰ ਗਿਆ ਮੈਡਮ ਆਪਣੇ ਆਪ ਗਿਰ ਗਿਆ ਆਪਣੇ ਆਪ ਗਿਰ ਗਿਆ ਸਿੰਗਲ ਵਿਸਟਿੰਗ ਸ਼ੋ ਨਹੀਂ ਕਰ ਔਰ ਮੈਡਮ ਜੇ ਕੋ ਕਰਾਓ ਕਿ ਬਿੱਲ ਬਣਾ ਕੇ ਆਪਕੋ ਰਸੀਦ ਭੇਜਾਂ ਸ਼ਨੀਵਾਰ ਨੂੰ ਅਸੀਂ ਚੀਫ ਇੰਜ थोड़ा पीछे फोटो कर दी इंडस्ट्री देखो बड़ा ही दुख भरी गल है कि आम लोकां दी सरकार आई है ते उत्थे आम लोकां नाल धक्का हो रहा है मैनूं जदों ही पता लग्या मैं मंत्री जी नाल गल करके आई हां ते मंत्री जी वालों ये ऑर्डर हुई सी कि जिन्हां दे बिल नहीं भरे गए उन्होंने 15 दिन का टाइम दिता जाए उन्होंने भी वो अपने बिल भर सकन पर जिहड़ी इत्थे धक्काशाही हुई है भी साडे इहनां भरावां ने अद्धे बिल भी भरे फिर भी इन्हों के कनैक्शन कट्टे गए बल्कि इन्हों मिसबिहेव भी होया वह कदे भी बर्दाश्त नहीं किया जाऊगा अज मैं इन्ह अपने भरावों को यही बेनती करती हाँ मैं इन्हों तो मेमोरेंडम ले लिया भी अज आप धरना खत्म कर दिए और जो इन्हे भरावान की इंसल्ट की गई है ज मिसबिहेव किया गया धक्का किया गया वो असी कदे भी बर्दाश्त नहीं करा और एक्सीजन से बढ़ती हुई कार्रवाई जरूर की जाऊगी आम आदमी पार्टी आम लोगों की पार्टी है जिथे कोई धक्केशाही की भावना रखता है ज बदलेखोरी की भावना रखता है उन्होंने पंजाब सरकार की कोई भी जगह नहीं तो मैडम ये कह रहे हैं भी उन्होंने तबादला किया जाए वो ये लगता है कि तुम इस गल में सहमत हो बिल्कुल किया जाऊगा जी जिथे भी धरना जिथे भी धक्का होया है तबादला करके दूसरी जगह धक्का करेंगे मैं अज ही मंत्री जी नाल गल करदी हां और मैं बड़ी जल्दी कोशिश करदी हां अपने भरावां दी इन्हां नूं भी मंत्री जी कोल लैके जाऊंगी
ताकि आपका भी पक्ष रख सके कि साडे नाल ए धक्का होया पर धक्का किसे नाल नहीं फोन देवांगे धक्का कदे भी बर्दाश्त नहीं मैडम जे दूसरे पासे गल करिए एक्शन साहब नाल साडी गल होई है उन्होंने कहा कि ये लोग जिहड़े हैं इन्हां नूं ए हैप्चुअल है ये बिल नहीं जमा कराते उन्होंने वो ये दोष ला रहे हैं इन्हां दे भी ये साडे ते दबाव बना रहे हैं इस तरह मैडम का डरावा दे के साडे उरे तरना ला के भी साडे ते दबाव बना रहे भी असीं इन्हां नूं कुछ ना कहीए लेकिन जिहड़ा है कार्रवाई जारी रहेगी चाहे मेरी बदली हो जाए जे हैप्चुअल है तो तुसीं पहलां सुते पए सी जो इन्होंने इन्ने इन्ने बिल नहीं भरे उदो सुते पे थे हूँ एकदम धक्का क्यों किया जा रहा है धक्का करन नूं इन्हां नूं किने परमिशन दिती है इसलिए इन्हां नूं हूने ऑर्डर आ रहे ने भी एकदम जेडे कनैक्शन कट्टे उन्होंने कनैक्शन जोड़े जान ते जेड़ा ये बिल है इन्हां सारे भरावां नूं एक हफ्ते का टाइम दिता जाता है एक हफ्ते दे विच विच अपना बिल भर जिसका भी जिस नाल भी धक्का होया मैं कहनी जिस नाल भी जो साडे राजपुरा वासियां नाल राजपुरा हल्के का कोई भी वासी है जिहदे नाल भी धक्का होया वो कदे भी बर्दाश्त नहीं किया जवाब दे रहे की टुडे इज ऑफ डे मैं गल नहीं करांगा मेरे ऑफिस की गल करो बंदा भेजा इसे टाइम जा पैसे जमा करा गया रसीद कटी जी कनेक्शन कटा है और 72,000 जमा हो गया उसके बाद भी कोई बात डाल नहीं दस क्लास क्या होता है मैडम सेंस ऑफ ह्यूमर देख लो भी उन्होंने पता है कि एमएलए साहब आ रहे हुए हैं महाबदतमीज कोई गल नहीं जब मैडम जमा करा के अलाइनमेंट को गाड़ी में बैठा के ले जा रहा हूँ मैं अपनी गाड़ी में कनेक्शन जोड़ने जय1 कहता कि नहीं जोड़ना अभी वहाँ पे और कहता मजा आ गया।